ਇੱਕ ਵਾਰ ਫਿਰ ਤੋਂ ਨਿਹੰਗ ਸਿੰਘਾਂ ਦੇ ਵੱਲੋਂ ਇੱਕ ਨੌਜਵਾਨ ਦਾ ਗੁੱਟ ਵੜ ਦਿੱਤਾ ਗਿਆ ਹੈ, ਜਿਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਤੇ ਜ਼ੇਰੇ ਇਲਾਜ ਹੈ। ਜ਼ਖਮੀ ਨੌਜਵਾਨ ਦਾ ਕਹਿਣਾ ਹੈ ਕਿ ਉਸਦੇ ਵੱਲੋਂ ਨਿਹੰਗ ਸਿੰਘ ਬਾਣੇ 'ਚ ਨਸ਼ਾ ਵੇਚਣ ਵਾਲੇ ਇਹਨਾਂ ਮੁੰਡਿਆਂ ਨੂੰ ਰੋਕਿਆ ਗਿਆ ਸੀ। ਇਹ ਨਸ਼ਾ ਕਰਦੇ ਵੀ ਸੀ ਤੇ ਨਾਲ ਵੇਚਦੇ ਵੀ ਸੀ। ਇਸੇ ਨੂੰ ਲੈ ਕੇ ਹੀ ਖੁੰਨਸ ਰੱਖਦਿਆਂ ਇਹਨਾਂ ਨਿਹੰਗ ਸਿੰਘਾਂ ਦੇ ਵੱਲੋਂ ਉਸਤੇ ਹਮਲਾ ਕੀਤਾ ਗਿਆ। ਉਸਦੇ ਦਾਤਰ ਦੇ ਨਾਲ ਵਾਰ ਕੀਤੇ ਗਏ ਤੇ ਗੁੱਟ ਵੜ ਦਿੱਤਾ ਗਿਆ, ਜਿਸ ਤੋਂ ਬਾਅਦ ਉਹ ਹਸਪਤਾਲ ਦੇ ਵਿੱਚ ਖੁਦ ਹੀ ਪਹੁੰਚਿਆ ਹੈ, ਆਪਣਾ ਵੱਡਿਆ ਹੋਇਆ ਗੁੱਟ ਲੈ ਕੇ ਦਾਖਲ ਹੋਇਆ ਹੈ, ਆਪਣਾ ਇਲਾਜ ਕਰਵਾ ਰਿਹਾ ਹੈ। ਜਦੋਂ ਇਹ ਖਬਰ ਇਸ ਨੌਜਵਾਨ ਦੇ ਪਰਿਵਾਰ ਤੱਕ ਪਹੁੰਚੀ ਤਾਂ ਉਹ ਵੀ ਸਿੱਖ ਜਥੇਬੰਦੀਆਂ ਦੇ ਨਾਲ ਹਸਪਤਾਲ ਦੇ ਬਾਹਰ ਪਹੁੰਚ ਗਏ ਤੇ ਸੜਕ ਤੇ ਚੱਕਾ ਜਾਮ ਕਰ ਦਿੱਤਾ। ਮੰਗ ਕੀਤੀ ਜਾ ਰਹੀ ਹੈ ਕਿ ਇਹਨਾਂ ਨਿਹੰਗ ਸਿੰਘਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏ। ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ, ਜਿੱਥੇ ਅੰਮ੍ਰਿਤਸਰ ਦੇ ਵਿੱਚ ਹੀ ਇੱਕ ਨੌਜਵਾਨ ਦਾ ਨਿਹੰਗ ਸਿੰਘਾਂ ਦੇ ਵੱਲੋਂ ਗੁੱਟ ਵੜ ਦਿੱਤਾ ਗਿਆ। ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨਿਹੰਗ ਬਾਣੇ ਦੇ ਵਿੱਚ ਘੁੰਮਦੇ ਇਹਨਾਂ ਮੁੰਡਿਆਂ ਨੂੰ ਨਸ਼ਾ ਵੇਚਣ ਤੋਂ ਤੇ ਨਸ਼ਾ ਕਰਨ ਤੋਂ ਰੋਕਦਾ ਸੀ, ਜਿਸ ਤੋਂ ਖੁੰਨਸ ਰੱਖਦਿਆਂ ਹੋਇਆਂ ਇਹਨਾਂ ਨਿਹੰਗ ਸਿੰਘਾਂ ਨੇ ਇਸ ਨੌਜਵਾਨ ਤੇ ਹਮਲਾ ਕੀਤਾ। ਮੁੰਡੇ ਦੇ ਵੱਲੋਂ ਸੱਟਾਂ ਲੱਗਣ ਤੋਂ ਬਾਅਦ, ਜ਼ਖਮੀ ਹੋਣ ਤੋਂ ਬਾਅਦ ਵੀ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਨਹਿਰ ਦੇ ਵਿੱਚ ਵੀ ਛਾਲ ਮਾਰੀ, ਤੈਰ ਕੇ ਦੂਜੇ ਪਾਸੇ ਵੀ ਗਿਆ, ਪਰ ਫਿਰ ਵੀ ਇਹਨਾਂ ਨਿਹੰਗ ਸਿੰਘਾਂ ਦੇ ਬਾਣੇ 'ਚ ਆਏ ਮੁੰਡਿਆਂ ਨੇ ਉਸਨੂੰ ਘੇਰ ਕੇ ਉਸਤੇ ਵਾਰ ਕੀਤੇ ਤੇ ਉਸਦਾ ਗੁੱਟ ਵੜ ਦਿੱਤਾ। ਫਿਰ ਵੀ ਇਹ ਨੌਜਵਾਨ ਆਪਣੀ ਜਾਨ ਬਚਾ ਕੇ ਉੱਥੋਂ ਭੱਜਦਾ ਹੈ, ਖੁਦ ਹੀ ਆਪਣਾ ਵੱਡਿਆ ਹੋਇਆ ਗੁੱਟ ਲੈ ਕੇ ਹਸਪਤਾਲ ਜਾਂਦਾ ਹੈ ਤੇ ਇਲਾਜ ਕਰਵਾਉਂਦਾ ਹੈ। ਹੁਣ ਸਿੱਖ ਜਥੇਬੰਦੀਆਂ ਇਹ ਮੰਗ ਕਰ ਰਹੀਆਂ ਨੇ ਕਿ ਇਹਨਾਂ ਨਿਹੰਗ ਸਿੰਘਾਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਹੋਏ। ਜੋ ਮੇਰੇ ਨਾਲ ਬਾਬਾ ਜੀ ਵਾਰਦਾਤ ਹੋਈ ਆ, ਇਹ ਤਲਵੰਡੀ ਭਿੰਡਰ ਤੋਂ ਦੋ ਤਲਵੰਡੀ ਭਿੰਡਰ ਦੇ ਲੜਕੇ ਆ ਤੇ ਇੱਕ ਬਾਗਿਆਂ ਦਾ ਇੱਕ ਵੀਲਾ ਬਜੋ, ਦੋ ਅਣਪਛਾਤੇ ਆ, ਉਹਨਾਂ ਦਾ ਮੈਨੂੰ ਪਤਾ ਨਹੀਂ ਸੀ। ਇੱਕ ਜਿਹੜਾ ਮੇਨ ਸੀ ਉਹਨੇ ਮੈਨੂੰ ਇਹ ਗੱਲ ਕਹੀ ਵੀ ਆਪਾਂ ਫੈਸਲਾ ਕਰਾ ਦਾਂਗੇ ਤੁਹਾਡਾ, ਉਹਦਾ ਨਾਂ ਹੈਗਾ ਜੀ ਲਾਡੀ ਡਾਕਟਰ ਆ, ਉਹਨੇ ਮੈਨੂੰ ਕਿਹਾ ਫੈਸਲਾ ਕਰਾ ਦਾਂਗੇ ਉਹਦੇ ਹੁੰਦੇ ਆ। ਇੱਕ ਬੋਲੇਵਾਲ ਦਾ ਮੁੰਡਾ ਵਿਕਰ, ਉਹ ਵੀ ਗਵਾਹ ਸੀ ਉਹਦੇ ਸਾਹਮਣੇ, ਉਹਨੇ ਕਿਹਾ ਵੀ ਕੋਈ ਗੱਲ ਹੀ ਨਹੀਂ ਮੇਰੇ ਹੁੰਦੇ ਆ, ਕੋਈ ਗੱਲ ਨਹੀਂ ਕਰਦੇ ਮੇਰੇ ਬਣੇਵੇ ਆ, ਤੇ ਤੁਸੀਂ ਵੀ ਨਾ ਕੋਈ ਗੱਲ ਕਰਿਓ। ਅਤੇ ਮੈਂ ਬਾਬਾ ਜੀ ਸਗੋਂ ਇੱਥੋਂ ਤੱਕ ਉਹਨਾਂ ਨੂੰ ਕਿਹਾ ਮੈਂ ਚੱਲ ਪਾਣੀ ਦਾਣੀ ਪੀ ਲੈਂਦੇ ਹਾਂ, ਜੇ ਭਰਾ ਆਏ ਆ ਤੇ ਮੈਂ ਚੱਲ ਵੀਰ ਜੀ ਨਹੀਂ ਫੈਸਲਾ ਕਰਾਉਣ ਲੱਗੇ। ਮੈਂ ਬਾਬਾ ਜੀ ਉਹਨਾਂ ਨੂੰ ਕਿਹਾ ਵੀ ਚਲੋ ਪਾਣੀ ਦੀ ਬੋਤਲ ਫੜ ਕੇ ਲਿਆ, ਮੁੰਡੇ ਨੂੰ ਪਾਣੀ ਦੀ ਬੋਤਲ ਲੈਣਾ ਕਰਦਾ। ਅਤੇ ਬਾਬਾ ਜੀ ਆਉਂਦਿਆਂ ਉੱਤਰ ਕੇ ਆਏ ਅਤੇ ਮੇਰੇ ਉਹਨੇ ਸਿਰ 'ਤੇ ਮਾਰ ਲੱਗਾ, ਪਹਿਲਾਂ ਵਾਰ ਕਰ ਲੱਗਾ ਤਾਂ ਮੈਂ ਕਰੀ ਹੱਥ ਕਰਤਾ, ਮੈਂ ਮੇਰਾ ਉਹਨੇ ਹੱਥ 'ਚ ਦਾਤਰ ਮਾਰਿਆ, ਬਾਅਦ ਮੇਰੇ ਇੱਕ ਨੇ ਲੱਕ 'ਤੇ ਮਾਰਤਾ, ਫਿਰ ਮੈਂ ਭੱਜ ਕੇ ਮੈਂ ਆਪਣੀ ਜਾਨ ਬਚਾਈ। ਅਤੇ ਬਾਅਦ 'ਚ ਵਿੱਚ ਉਹਨੇ ਫਿਰ ਮੇਰੇ ਮਗਰ ਭੱਜਿਆ, ਫਿਰ ਮੈਂ ਜਿਹਦੇ ਨਾਲ ਕਾਰਨ ਨਹਿਰ ਦੇ ਵਿੱਚ ਸਾਲ ਲਗਾ ਕੇ ਫਿਰ ਮੈਂ ਉੱਦਾਂ ਨਹਿਰ ਪਾਰ ਕਰਕੇ ਅਗਲੇ ਬੰਨੇ ਗਿਆ, ਤਾਂ ਮਗਰ ਫਿਰ ਮੇਰੇ ਦੁਬਾਰਾ ਨਹਿਰ ਪਾਰ ਕਰਕੇ ਅਗਲੇ ਬੰਨੇ ਆਏ ਉੱਧਰ। ਜੇ ਬਾਬਾ ਜੀ ਮਤਲਬ ਇਹ ਤੋਂ ਇਹ ਆ ਵੀ ਜੇ ਮੈਨੂੰ ਕੁਝ ਨਹੀਂ ਹੁੰਦਾ ਵਾ, ਇਹ ਤੋਂ ਇਹ ਵੀ ਇਹ ਜ਼ਿੰਮੇਵਾਰ ਹੋਣਗੇ ਕਿ ਮੰਨ ਲਓ ਕੱਲ੍ਹ ਨੂੰ ਕੋਈ ਮੇਰਾ ਨੁਕਸਾਨ ਹੁੰਦਾ ਵਾ ਅਤੇ ਇਹੋ ਹੀ ਜ਼ਿੰਮੇਵਾਰ ਹੋਣਗੇ, ਕਿਉਂਕਿ ਇਹਨਾਂ ਨੇ ਮੈਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀਆਂ ਵਾ। ਇਹਨਾਂ ਨੇ ਮੈਨੂੰ ਇਹ ਵੀ ਕਿਹਾ ਕਿ ਤੇਰੇ ਅਸੀਂ ਗੋਲੀ ਮਾਰਨੀ ਆ, ਇਹਨਾਂ ਨੇ ਮੈਨੂੰ ਪਹਿਲਾਂ ਵੀ ਇਹਨਾਂ ਕੋਲ ਹਥਿਆਰ ਹੈਗੇ, ਪਹਿਲਾਂ ਵੀ ਜੇਲ੍ਹ ਜੂਲ ਬਾਬਾ ਜੀ ਜੇਲ੍ਹ 'ਚ ਹੋ ਕੇ ਆਏ ਆ, ਪਹਿਲਾਂ ਵੀ ਨਾ ਚੋਰੀ ਚੂੜੀ ਦੇ ਕੇਸ ਹੈਗੇ ਆ, ਅਤੇ ਇਹਨਾਂ ਨੇ ਇਹੋ ਗੱਲ ਕਹੀ ਵੀ ਮੈਂ ਤੈਨੂੰ ਮਾਰਨ ਦੀ ਕੋਸ਼ਿਸ਼ ਕਰ, ਮਤਲਬ ਤੇਰੇ ਗੋਲੀ ਮਾਰਨੀ ਆਣ ਕੇ, ਅਤੇ ਜਦੋਂ ਮੈਂ ਗਾੜੀ ਭੱਜਣ ਡਿਆ ਪਹਿਲਾਂ ਮੇਰੇ ਪਹਿਲਾਂ ਸਿਰ 'ਚ ਆਉਂਦਿਆਂ ਮਾਰਨ ਦੀ ਕੋਸ਼ਿਸ਼ ਕੀਤੀ, ਮੈਂ ਗਾੜੀ ਹੱਥ ਕਰਤਾ, ਬਾਅਦ 'ਚ ਇਹਨੇ ਮੇਰੇ ਲੱਕ 'ਚ ਮਾਰਿਆ, ਫਿਰ ਮੈਂ ਨਹਿਰ 'ਚ ਮਤਲਬ ਸਾਲ ਲਗਾਈ ਅਤੇ ਫਿਰ ਮੈਂ ਅੱਗੇ ਭੱਜਾਂ। ਉਹ ਤੋਂ ਬਾਅਦ 'ਚ ਬਾਬਾ ਜੀ ਮਤਲਬ ਮੈਂ ਬੇਹੋਸ਼ ਹੋ ਕੇ ਡੇ ਗਿਆ ਅਗਲੇ ਬੰਨੇ, ਜਿਹੜਾ ਮੈਨੂੰ ਅੰਕਲ ਉਹਨਾਂ ਨੇ ਚੱਕਿਆ ਆਣ ਕੇ, ਕੁਝ ਕੁ ਅੰਕਲ ਉੱਥੇ ਮੈਨੂੰ ਅੰਕਲ ਉਹਨਾਂ ਨੇ ਚੱਕਿਆ ਲੱਗ ਗਏ, ਸਾਡੇ ਅੰਕਲ ਹੀ ਉਹਨਾਂ ਨੇ ਮੈਨੂੰ ਚੱਕਿਆ, ਅਤੇ ਸਾਡੇ ਪਿੰਡ ਦਾ ਮੁੰਡਾ ਜਿਹੜਾ ਮੇਰੇ ਨਾਲ ਹੀ ਉਹਨੇ ਮੈਨੂੰ ਚੱਕਿਆ। ਇਹਨਾਂ ਨੇ ਬਾਬਾ ਜੀ ਅੱਗੇ ਮੈਨੂੰ ਨਾ ਇਹ ਦਿਨ ਗੁਰਦੁਆਰਾ ਸਾਹਿਬ ਮੈਂ ਮੱਥਾ ਟੇਕਣ ਗਿਆ ਸੀ, ਉੱਥੇ ਸੀਸੀਟੀਵੀ ਕੈਮਰਾ ਦੇ ਸਾਹਮਣੇ ਵੀ ਇਹਨਾਂ ਨੇ ਮੈਨੂੰ ਘੇਰ ਲਿਆ, ਉੱਥੇ ਵੀ ਮੇਰੇ ਮਗਰ ਆ ਗਏ 4-5 ਜਣੇ, ਉਦੋਂ ਮੈਂ ਰੁਮਾਲ ਬੰਨ ਕੇ ਹੱਥ ਧੋਣ ਡਿਆ, ਜਦੋਂ ਇਹਨਾਂ ਨੇ ਮੈਨੂੰ ਆਣ ਕੇ ਉੱਥੇ ਫੜ ਲਿਆ ਵੀ ਹਾਂ ਦਾ ਤੂੰ ਇੱਦਾਂ ਕਿਹਾ, ਅਤੇ ਇਹਨਾਂ ਨੇ ਮੈਨੂੰ ਉੱਦਣ ਹੀ ਘੇਰ ਲਿਆ, ਉੱਦਣ ਹੀ ਮੈਨੂੰ ਮਾਰ ਲੱਗੇ ਉੱਥੇ ਗੁਰਦੁਆਰੇ 'ਤੇ। ਫਿਰ ਉਹਨਾਂ ਨੇ ਉੱਥੇ ਬੰਦੇ ਨੇ ਮੈਨੂੰ ਕਹਿਤਾ ਵੀ ਨਹੀਂ ਨਹੀਂ ਇੱਥੇ ਗੁਰੂ ਕਹਿ ਰਹੇ ਨਹੀਂ ਆਪਾਂ ਕੋਈ ਗੱਲ ਕਰਨੀ, ਇਹਨਾਂ ਨੇ ਬਾਬਾ ਜੀ ਉੱਦਣ ਮੇਰਾ ਮਹਾਂ ਬਚਾਇਆ, ਅਤੇ ਬਾਅਦ 'ਚ ਇਹਨਾਂ ਅੱਜ 5-6 ਦਿਨ ਮੈਨੂੰ ਫਿਰ ਘੇਰ ਲਿਆ ਇਹਨਾਂ ਨੇ।
ਇਹਨਾਂ ਨੇ ਅੱਗੇ ਵੀ ਕਈ ਮੇਰਾ ਪਿੱਛਾ ਕੀਤਾ ਸੀ ਜੇ ਮੈਂ ਕਿਤੇ ਮਤਲਬ ਦੁਕਾਨ ਤੋਂ ਕੰਮ ਜਾਂਦਾ ਸੀ। ਹੁਣ ਤਾਂ ਬਾਬਾ ਜੀ ਨਾਲ ਮੈਨੂੰ ਮਾਰਨ ਦੀ ਮਤਲਬ ਵੀ ਆਪਣੇ ਨਾਲ ਮਾਰਨ ਆਏ ਪੂਰਾ ਮਤਲਬ ਮਾਰਨ ਦੀ ਵਜ੍ਹਾ ਨਾਲ ਉਹਨੇ ਹਮਲਾ ਕੀਤਾ ਕਿ ਮਾਰ ਕੇ ਜਾਣਾ ਵਾ। ਉਹਨੇ ਇਹੋ ਗੱਲ ਕੀਤੀ ਵੀ ਮਾਰ ਕੇ ਜਾਣਾ ਜਾਨੋ ਜੀ, ਉਹਨਾਂ ਨੇ ਮੈਨੂੰ ਪਹਿਲਾਂ ਕਿਹਾ ਤੈਨੂੰ ਮਾਰ ਦੇਣਾ ਜਾਨੋ ਜੀ। ਪੰਜਾਬ ਸਰਕਾਰ ਵੀ ਨਸ਼ਿਆਂ ਦੇ ਉੱਪਰ ਰੋਕਥਾਮ ਵਾਸਤੇ ਸੰਗਤ ਨੂੰ ਅਪੀਲ ਕਰ ਰਹੀ ਹੈ ਕਿ ਨੌਜਵਾਨ ਅੱਗੇ ਆਉਣ, ਅਫਸਰ ਸਾਹਿਬਾਨਾਂ ਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਕਿ ਪੰਜਾਬ ਦੇ ਵਿੱਚ ਘਰ ਘਰ ਨਸ਼ਾ ਜਿਹੜਾ ਕਰ ਕਰ ਗਿਆ। ਬਹੁਤ ਵਾਰ ਵੇਖਿਆ ਜਾਂਦਾ ਸੋਸ਼ਲ ਮੀਡੀਆ 'ਤੇ ਵੀ ਕਿ ਨਿਹੰਗ ਸਿੰਘ ਬਾਣਿਆਂ ਦੇ ਅੰਦਰ ਵੀ ਕੁਝ ਲੋਕ ਗੁੰਡਾਗਰਦੀ ਕਰਦੇ ਨਜ਼ਰ ਆਉਂਦੇ ਆ, ਲੁੱਟਾਂ ਖੂਹਾਂ ਕਰਦੇ ਨਜ਼ਰ ਆਉਂਦੇ ਆ, ਬਦਮਾਸ਼ੀ ਕਰਦੇ ਨਜ਼ਰ ਆਉਂਦੇ ਆ ਅਤੇ ਨਸ਼ਾ ਕਰਦੇ ਅਤੇ ਕਰਾਉਂਦੇ ਨਜ਼ਰ ਆਉਂਦੇ ਆ। ਇਹਦੇ ਤਹਿਤ ਹੀ ਪਿੰਡ ਜਿਹੜਾ ਵੈ ਘੁਮਾਣਾ ਦੇ ਕੋਲ ਆ, ਉੱਥੋਂ ਦਾ ਇੱਕ ਸਾਡਾ ਵੀਰ ਆ ਪ੍ਰਤਾਪ ਸਿੰਘ, ਉਹਨਾਂ ਨੇ ਰਾਤੀ ਮੇਰੇ ਨਾਲ ਸੰਪਰਕ ਕੀਤਾ ਉਹਦੇ ਵੱਡੇ ਭਰਾ ਨੇ ਕਿ ਸਾਡੇ ਭਰਾ ਦਾ ਗੁੱਟ ਵੜ ਦਿੱਤਾ ਗਿਆ। ਕਾਰਨ ਇਹ ਕਿ ਉਹ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਨਸ਼ਾ ਕਰਦੇ ਅਤੇ ਵੇਚਦੇ ਸੀ ਅਤੇ ਲੁੱਟਾਂ ਖੂਹਾਂ ਕਰਦੇ ਸੀ। ਇਸ ਬੰਦੇ ਨੇ ਜਿਹੜਾ ਵਾ ਇਤਰਾਜ਼ ਜਿਤਾਇਆ ਅਤੇ ਇਹਦੇ ਨਾਲ ਖੁੰਦਕਬਾਜ਼ੀ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਕੁਝ ਇਹ ਬੰਦਾ ਸੀ ਕੋਈ, ਉਹਨੇ ਜਾ ਕੇ ਇਹਨੂੰ ਆਖਿਆ ਵੀ ਯਾਰ ਤੁਸੀਂ ਇਹ ਰੋਜ਼ ਦਾ ਜਿਹੜਾ ਵਾ ਖੁੰਦਕਬਾਜ਼ੀ ਤੁਹਾਡੀ ਮਿਟਾ ਦਿੰਦਾ ਵਾ, ਮੇਰੇ ਨਾਲ ਚੱਲੋ। ਉਹ ਬੰਦਾ ਜਿਹੜਾ ਵਾ ਰਾਜ਼ੀਨਾਮਾ ਦੇ ਤਹਿਤ ਇਸ ਬੰਦੇ ਨੂੰ ਫੋਨ ਕਰਕੇ ਅੱਧੀ ਰਾਤ ਨਹਿਰ 'ਤੇ ਲੈ ਗਿਆ ਅਤੇ ਨਹਿਰ 'ਤੇ ਜਾ ਕੇ ਜਿਹੜਾ ਵਾ ਉਹਨਾਂ ਨੇ ਇਹਨੂੰ ਰਾਜ਼ੀਨਾਮਾ ਦੇ ਤਹਿਤ ਉਹਦੇ 'ਤੇ ਉੱਪਰ ਹਮਲਾ ਕਰਕੇ ਉਹਦਾ ਜਿਹੜਾ ਗੁੱਟ ਵੜ ਦਿੱਤਾ। ਪਹਿਲਾਂ ਉਹ ਮੁੰਡਾ ਦੱਸ ਰਿਹਾ ਸੀ ਮੈਨੂੰ ਕਿ ਭਾਅ ਜੀ ਮੇਰਾ ਜਦੋਂ ਧੌਣ 'ਤੇ ਵਾਰ ਕਰਨ ਲੱਗੇ ਤਾਂ ਮੈਂ ਅੱਗੇ ਹੱਥ ਕਰ ਦਿੱਤਾ ਅਤੇ ਆਹ ਜਿਹੜਾ ਅੱਧਾ ਗੁੱਟ ਦਾ ਵੱਢਿਆ ਗਿਆ, ਠੀਕ ਹੈ। ਉਹਦੇ ਤਹਿਤ ਹੀ ਦੂਜਾ ਵਾਰ ਉਹਨੇ ਵੀਰ ਨੇ ਜਿਹੜਾ ਵਾ ਉਹਦੇ ਲਾਤੇ ਕੀਤਾ ਅਤੇ ਜਦੋਂ ਭੱਜਾ ਵਾ ਅਤੇ ਇਹਨੇ ਮੁੰਡਾ ਬੜਾ ਯੁਰਤ ਵਾਲਾ ਨਿਕਲਿਆ ਅਤੇ ਉਹਨੇ ਜਾ ਕੇ ਨਹਿਰ 'ਚ ਛਾਲ ਮਾਰਨ ਦੀ ਕੋਸ਼ਿਸ਼ ਕੀਤੀ। ਨਹਿਰ 'ਚ ਛਾਲ ਮਾਰਨ ਦੇ ਬਾਵਜੂਦ ਵੀ ਯਾਨੀ ਕਿ ਪਿੱਛੋਂ ਭੱਜਦਿਆਂ ਉਹਦੇ ਲੱਕ ਦੇ ਵਿੱਚ ਵਾਰ ਕੀਤਾ ਤੀਜੇ ਬੰਦੇ ਨੇ ਖੰਡੇ ਦੇ ਨਾਲ ਅਤੇ ਤਿੰਨ ਵਾਰ ਟੁੱਟਰ ਉਹਦੇ 'ਤੇ ਹੋਏ ਆ, ਮੁੰਡੇ ਦਾ ਗੁੱਟ ਡੈਮੇਜ ਹੋ ਚੁੱਕਾ ਵਾ। ਇਹ ਇਦੋਂ ਪਹਿਲਾਂ ਵੀ ਘੁਮਾਣਾ ਦੇ ਕੋਲ ਹੀ ਇੱਕ ਨਿਹੰਗ ਸਿੰਘ ਵੱਲੋਂ ਚਾਹ ਮੰਗਣ 'ਤੇ ਇੱਕ ਮਜ਼ਦੂਰ ਦੇ ਉੱਪਰ ਜਿਹੜਾ ਸੀ ਲੱਤ ਵੜ ਦਿੱਤੀ ਗਈ ਸੀ, ਉਹਦਾ ਵੀ ਮੈਂ ਹੋਸਪਿਟਲ ਪਤਾ ਲੈਣ ਆਇਆ। ਆਏ ਦਿਨ ਮਜ਼ਦੂਰਾਂ ਦੇ ਉੱਪਰ ਜਿਹੜਾ ਵਾ ਅੱਤਿਆਚਾਰ ਹੋ ਰਿਹਾ ਵਾ ਪਿੰਡਾਂ ਦੇ ਵਿੱਚ ਕੁਝ ਘੜਾਮ ਚੌਧਰੀਆਂ ਵੱਲੋਂ। ਫਿਰ ਜਦੋਂ ਕੋਈ ਸਾਡੇ ਵਰਗਾ ਬੰਦਾ ਬੋਲਦਾ ਤਾਂ ਕਹਿੰਦੇ ਜਾਤ ਪਾਤ ਦੀ ਗੱਲ ਕਰਦਾ। ਬਾਈ ਤੁਸੀਂ ਜਾਤ ਪਾਤ ਖਤਮ ਕਰੋਗੇ ਤਾਂ ਹੀ ਆ ਨਾ, ਗੱਲ ਜਾਤ ਪਾਤ ਦੀ ਨਹੀਂ, ਨਸ਼ੇ ਕਰਨ ਵਾਲਾ ਕਿਸੇ ਜਾਤ ਦਾ ਵੀ ਹੋ ਸਕਦਾ। ਪੁਲਿਸ ਵੱਲੋਂ ਕਹਿ ਰਿਹਾ ਕਿ ਪੁਰਾਣੀ ਰੰਜਿਸ਼ ਕਿ ਨਸ਼ੇ ਦੀ ਕੋਈ ਗੱਲਬਾਤ ਨਹੀਂ, ਉਹ ਜਾਂਚ ਦਾ ਕਿਤੇ ਵਿਸ਼ਾ ਹੈ। ਪੁਰਾਣੀ ਰੰਜਿਸ਼ ਭਾਜੀ, ਕੋਈ ਇਹਨਾਂ ਦਾ ਜਮਾਂਦਰੂ, ਕੋਈ ਇਹਨਾਂ ਦਾ ਕੋਈ ਥੜਾ ਵਾ ਦੁਸ਼ਮਣੀ ਇਹਨਾਂ ਦੀ ਹੈਗੀ ਆ, ਜੋ ਹੈਗਾ ਸੀ ਤੁਹਾਡੇ ਸਾਹਮਣੇ ਦੱਸ ਦਿੱਤਾ ਵਾ। ਬਾਕੀ ਪੁਲਿਸ ਆਈ ਸੀ, ਉਹਨਾਂ ਨੇ ਮੈਂ ਕੋਲ ਬਹਿ ਕੇ ਲਾਗੇ ਜਿਹੜੇ ਆ ਉਹ ਬਿਆਨ ਦਰਜ ਕਰਵਾਏ ਆ, ਠੀਕ ਹੈ। ਅਤੇ ਜੋ ਉਹਨਾਂ ਨੇ ਪੁੱਛਿਆ ਇੰਨ ਬਿੰਨ ਜਿਹੜਾ ਉਹਨਾਂ ਨੇ ਬਿਆਨ ਦਰਜ ਕੀਤੇ ਆ, ਅਤੇ ਕਾਨਵਾਈ ਅਸੀਂ ਮੰਗ ਕੀਤੀ ਆ ਵੀ ਟੋਟਲ 5 ਬੰਦੇ ਆ, ਜਿਹੜਾ ਸਾਜਿਸ਼ ਕਰਤਾ ਬੰਦਾ ਲਾਡੀ ਲਾਡੀ ਹੈ ਉਹਨੂੰ ਵਿੱਚ ਵੀ ਰੱਖਿਆ ਜਾਵੇ, ਠੀਕ ਹੈ। ਕਿਉਂਕਿ ਉਹੀ ਬੰਦਾ ਲੈ ਕੇ ਗਿਆ, ਉਹੀ ਬੰਦੇ ਨੇ ਤਹਿਤ ਉਹਦੇ ਸਾਹਮਣੇ ਹਮਲਾ ਹੋਇਆ। ਸ਼ੁਕਰ ਕਰੋ ਮੁੰਡੇ ਦੀ ਜਾਨ ਬਚ ਗਈ ਹੈ, ਫਿਰ ਵੀ ਮੁੰਡਾ ਬੜਾ ਦਲੇਰੀ ਵਾਲਾ ਨਿਕਲਿਆ ਕਿ ਹੱਥ ਲੈ ਕੇ ਵੀ ਹੋਸਪਿਟਲਾਂ ਦੇ ਵਿੱਚੋਂ ਦਰ ਬਦਰ ਜਿਹੜਾ ਯੁਰਤ ਦੇ ਨਾਲ ਤੁਰਦਾ ਫਿਰਦਾ ਰਿਹਾ ਵਾ। ਸੋ ਇਹਨੂੰ ਨੱਥ ਪਾਉਣ ਵਾਲੀ ਹੈ। ਜੇਕਰ ਇਨਸਾਫ ਨਹੀਂ ਮਿਲਿਆ ਤਾਂ ਨਿਹੰਗ ਸਿੰਘ ਜਥੇਬੰਦੀਆਂ ਦੇ ਚੇਅਰਮੈਨ ਸਾਹਿਬ ਨੂੰ ਵੀ ਬੇਨਤੀ ਕੀਤੀ ਆ, ਅਸੀਂ ਆਉਣ ਵਾਲੇ ਦਿਨਾਂ ਦੇ SSP ਬਟਾਲਾ ਦਾ ਦਫ਼ਤਰ ਕਰਾਂਗੇ ਜਦ ਤੱਕ ਇਹਨਾਂ ਲੋਕਾਂ ਨੂੰ ਸਜ਼ਾ ਨਹੀਂ ਮਿਲ ਜਾਂਦੀ। ਲੇਕਿਨ ਕਿਹਾ ਜਾ ਰਿਹਾ ਕਿ ਮੁੱਖ ਦੋਸ਼ੀ ਨੂੰ ਬਾਹਰ ਕੱਢਣ ਦੀ ਗੱਲ ਵੀ ਕੀਤੀ ਜਾ ਰਹੀ ਸੀ, ਪਰਿਵਾਰ ਦੇ ਪ੍ਰੈਸ਼ਰ ਵੀ ਪਾਇਆ ਜਾ ਰਿਹਾ ਸੀਗਾ, ਇਸ ਤਰ੍ਹਾਂ ਦੀ ਕੋਈ ਕਿਤੇ ਦੇਖੋ ਮੇਰੇ ਸਾਹਮਣੇ ਤਾਂ ਪੁਲਿਸ ਦੇ ਇਦਾਂ ਦੀ ਕੋਈ ਗੱਲ ਨਜ਼ਰ ਨਹੀਂ ਆਈ ਮੇਰੇ ਸਾਹਮਣੇ। ਜੇਕਰ ਹੋਏਗੀ ਤਾਂ ਵੀਰੇ ਤੁਹਾਡੇ ਜਨਤਾ ਤੱਕ ਸਾਹਮਣੇ ਰੱਖਾਂਗੇ, ਦਬਾਅ ਦਬੂ ਵਾਲਾ ਸਾਡੇ ਤੇ ਕੰਮ ਕੋਈ ਨਹੀਂ। ਹੁਣ ਪੁਲਿਸ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਇਹ ਜਿਹੜਾ ਮੇਨ ਦੋਸ਼ੀ ਆ ਉਹਨੂੰ ਬਾਹਰ ਕੱਢ ਦਿੱਤਾ ਜਾਵੇ, ਬਾਕੀ ਦੇ ਮਾਮਲਾ ਤਾਂ ਕਿਉਂ ਕੀ ਗੱਲ ਮੈਨੂੰ ਨਹੀਂ ਪਤਾ, ਪਰ ਉਹਦੀ ਰਿਸ਼ਤੇਦਾਰੀ ਹੋ ਸਕਦੀ ਉਹਨਾਂ ਦੀ। ਮੇਰੇ ਸਾਹਮਣੇ ਤਾਂ ਇਹਦੀ ਗੱਲ ਹੋਈ ਕੋਈ ਨਹੀਂ, ਕੋਈ ਦੋਸ਼ੀ ਬਾਹਰ ਨਹੀਂ ਕੱਢਿਆ ਜਾਏਗਾ। ਇਹ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਇਹਨਾਂ ਨੇ ਤਾਂ ਪਾਇਆ ਗੰਦ ਇਹਨਾਂ ਲੋਕਾਂ ਨੇ। ਸੋ ਹੁਣ ਕਿਸੇ ਵੀ ਦਲਿਤ ਸਮਾਜ ਦੇ ਐਸੀ ਭੈਣ ਭਰਾਵਾਂ ਦੇ ਨਾਲ ਮੈਂ ਇੱਕ ਧੱਕਾ ਨਹੀਂ ਹੋਣ ਦੇਣਾ, ਜਿੱਥੇ ਵੀ ਯਾਦ ਕਰਨਗੇ ਮੈਂ ਪਹੁੰਚਿਆ ਕਰਨਾ ਜੋ ਮਰਜ਼ੀ ਹੋਵੇ। ਪੁਲਿਸ ਦਾ ਰਵੱਈਆ ਠੀਕ ਸੀਗਾ ਮੇਰੇ ਸਾਹਮਣੇ ਤੱਕ? ਠੀਕ ਸੀ, ਉਦੋਂ ਬਾਅਦ ਜਿਹੜਾ ਬਾਕੀ ਤੁਸੀਂ ਆਪ ਹੀ ਦੇਖ ਲਿਆ ਰਵੱਈਆ, ਉਹ ਮੇਰੇ ਖਿਆਲ ਨਾਲ ਦਿਖਾਉਣ ਦੀ ਲੋੜ ਨਹੀਂ ਆ। ਜੇ ਸਾਡਾ ਸਾਥ ਦੇਣਗੇ ਜਿਉਂ ਧੰਨਵਾਦ ਕਰਾਂਗੇ ਦਿਲੋਂ ਉਹਨਾਂ ਦਾ, ਅਫਸਰ ਸਾਹਿਬਾਨਾਂ ਦਾ ਵੀ। ਜੇਕਰ ਇਹ ਸਾਡੀ ਜਿਹੜੀ ਆ ਉਹ ਹੱਕ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰਨਗੇ ਜਾਂ ਕਿਸੇ ਕਿਸਮ ਦਾ ਸਾਨੂੰ ਇਨਸਾਫ ਨਾ ਮਿਲਿਆ ਤਾਂ ਇਹ ਭੈਣ ਭਰਾਵਾਂ ਨੂੰ ਨਾਲ ਲੈ ਕੇ ਜਿਹੜਾ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਬਟਾਲਾ ਦੇ SSP ਦਫ਼ਤਰ ਦਾ ਕਰਾਓ ਕਰਾਂਗਾ। ਉਹਨਾਂ ਨੇ ਜੋ ਬਿਆਨ ਦਿੱਤੇ ਆ
ਉਹਦੇ ਮੁਤਾਬਕ ਅਸੀਂ ਬਿਆਨ ਲੈ ਲਿਆ, ਜਿਹੜੀ ਕਾਰਵਾਈ ਬਣਦੀ ਉਹ ਕਰ। ਸਰ ਕਿੰਨੇ ਲੋਕ ਨੇ ਜਿਨ੍ਹਾਂ? 5 ਲੋਕ ਹੈ, ਪਰ ਆਪਾਂ ਨਾਂ ਨਹੀਂ ਸ਼ੇਅਰ ਕਰ ਸਕਦੇ ਕਿਉਂਕਿ ਸਾਡੀ ਤਕਦੀਰ ਦਾ ਪਾਰਟ। ਲੇਕਿਨ ਜੋ ਪਰਿਵਾਰ ਦਾ ਕਹਿਣਾ ਜਾਂ ਸਾਨੂੰ ਇਨਪੁਟ ਮਿਲਦੀ ਹੈ ਕਿ ਮੇਨ ਦੋਸ਼ੀ ਨੂੰ ਬਾਹਰ ਕੱਢਣ ਦੀ ਗੱਲ ਕੀਤੀ? ਨਹੀਂ ਨਹੀਂ, ਕੋਈ ਗੱਲ ਨਹੀਂ, ਸਾਰੇ ਦੋਸ਼ੀ ਵਿੱਚ ਬਾਈ ਨੇਮ ਪਰਚਾ ਬਾਈ ਨੇਮ ਪਰਚਾ ਹੈ। ਕੀ ਮੁੰਡੇ ਨੇ ਕੀ ਦੱਸਿਆ ਜੀ, ਕਿਸ ਤਰ੍ਹਾਂ ਕਿਉਂ ਗੁੱਟ ਵੱਢਿਆ ਗਿਆ? ਕੋਈ ਇਹਨਾਂ ਦਾ ਕੋਈ ਪੁਰਾਣੀ ਰੰਜ ਸੀ, ਉਹਦੇ ਝਗੜਾ ਹੋਇਆ, ਉਹਦੇ ਕਰਕੇ ਉਹਨਾਂ ਨੇ ਮਤਲਬ ਦੱਸਿਆ ਜਾ ਰਿਹਾ ਕਿ ਨਸ਼ੇ ਨੂੰ ਰੋਕਣ ਲਈ ਇਹ ਸਾਰੇ ਪਰ ਉਹਨਾਂ ਵੱਲੋਂ ਉਹ ਵੀ ਵੇਖ ਲਾਂਗੇ, ਕੋਈ ਗੱਲ ਨਹੀਂ, ਜਾਣ ਕੇ ਵੇਖ ਲਾਂਗੇ ਜੇ ਇਹੋ ਜਿਹੀ ਗੱਲ ਹੋਈ ਵੇਖ ਲਾਂਗੇ। ਕਿੰਨੇ ਲੋਕਾਂ ਦੇ ਪਰਚੇ ਕੀਤੇ? 5 ਜਣੇ ਦੇ।